ਬਾਅਦ ਸ਼ਾਮ ਨੂੰ ਮੈਂ ਫੈਸਲਾ ਲਿਆ ਕਿ ਮੈਂ ਜਿੰਨੀਆਂ ਵੀ ਖੋਜ ਸੰਸਥਾਵਾਂ ਨੇ ਜਿਹੜੀਆਂ ਵੈਕਸੀਨ ਦੇ ਬਾਰੇ 'ਚ, ਉਹਨਾਂ ਨੂੰ ਮੈਂ ਆਪਣੇ ਆਪ ਨੂੰ ਪੇਸ਼ ਕਰਾਂ ਕਿ ਉਹ ਕਰੋਨਾ ਵਾਇਰਸ ਨਾਲ ਮੈਨੂੰ ਪਹਿਲਾਂ ਪ੍ਰਭਾਵਿਤ ਕਰਕੇ ਫਿਰ ਮੇਰੇ 'ਤੇ ਵੈਕਸੀਨੇਸ਼ਨ ਅਪਲਾਈ ਕਰਕੇ ਇਹ ਚੈੱਕ ਕਰਨ ਕਿ ਉਹ ਵੈਕਸੀਨੇਸ਼ਨ ਕੰਮ ਕਰਦੀ ਹੈ ਕਿ ਨਹੀਂ ਕਰਦੀ। ਜਿਵੇਂ ਕਿ ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦਾ ਕਾਫੀ ਖੌਫ ਬਣਿਆ ਹੋਇਆ, ਉੱਥੇ ਮੋਗਾ ਜ਼ਿਲ੍ਹੇ ਦੇ ਇਸ ਨੌਜਵਾਨ ਰਜਿੰਦਰ ਸਿੰਘ ਨੇ ਬੜੀ ਹੀ ਦਲੇਰੀ ਵਾਲਾ ਕੰਮ ਕੀਤਾ। ਇਸ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਲੈਟਰ ਅਪਲੋਡ ਕੀਤਾ ਜਿਸ ਵਿੱਚ ਇਸਨੇ ਕਿਹਾ ਕਿ ਇਹ ਕਰੋਨਾ ਵਾਇਰਸ ਦੀ ਵੈਕਸੀਨੇਸ਼ਨ ਦੇ ਲਈ ਆਪਣਾ ਸਰੀਰ ਵਿਗਿਆਨੀਆਂ ਨੂੰ ਦੇਣ ਲਈ ਤਿਆਰ ਹੈ। ਨੌਜਵਾਨ ਨੇ ਕਿਹਾ ਕਿ ਜੇਕਰ ਇਹ ਵੈਕਸੀਨੇਸ਼ਨ ਕਾਮਯਾਬ ਹੁੰਦੀ ਹੈ ਤਾਂ ਉਸਨੂੰ ਆਪਣੇ ਆਪ 'ਤੇ ਗਰਵ ਹੋਵੇਗਾ ਕਿ ਉਹ ਮਨੁੱਖਤਾ ਦੇ ਭਲੇ ਲਈ ਕੰਮ ਆ ਸਕਿਆ, ਪਰ ਜੇਕਰ ਉਸਦੀ ਇਸ ਨਾਲ ਮੌਤ ਵੀ ਹੋ ਜਾਂਦੀ ਹੈ ਤਾਂ ਉਸਨੂੰ ਕੋਈ ਵੀ ਗਮ ਨਹੀਂ ਹੈ। ਆਓ ਵਿਖਾਉਂਦੇ ਹਾਂ ਪੂਰੀ ਵੀਡੀਓ। ਕੀ ਨਾਮ ਹੈ ਜੀ ਤੁਹਾਡਾ? ਰਜਿੰਦਰ ਸਿੰਘ। ਰਜਿੰਦਰ ਜੀ, ਤੁਹਾਡੇ ਵੱਲੋਂ ਇੱਕ ਸੋਸ਼ਲ ਮੀਡੀਆ 'ਤੇ ਲੈਟਰ ਵਾਇਰਲ ਕੀਤੀ ਗਈ ਹੈ। ਹਾਂਜੀ। ਕੁਛ ਵੈਕਸੀਨੇਸ਼ਨ ਕਰੋਨਾ ਦੀ ਬਾਰੇ ਆਦਰਸ਼ਨ ਦੇਣ ਦੀ ਜੀ, ਕੀ ਕਿਵੇਂ ਸੋਚਿਆ ਤੁਸੀਂ, ਕੀ ਕਹਿਣਾ ਚਾਹ ਰਹੇ? ਲਗਭਗ ਪਿਛਲੇ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਕਿ ਕਰੋਨਾ ਦਾ ਜਿਹੜਾ ਖੌਫ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ, ਉਹਦੇ ਕਰਕੇ ਮਨ 'ਚ ਚਿੰਤਾ ਆਉਂਦੀ ਸੀ ਕਿਉਂਕਿ ਰੋਜ਼ਾਨਾ ਖਬਰਾਂ ਦੇਖਦੇ ਹਾਂ, ਪੜ੍ਹਦੇ ਹਾਂ, ਯਾਰਾਂ ਮਿੱਤਰਾਂ ਤੋਂ ਬਾਹਰੋਂ ਵੀ ਸੁਣਦੇ ਹੈਗੇ ਹਾਂ। ਅਤੇ ਕੱਲ੍ਹ ਥੋੜ੍ਹਾ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਹਾਲਾਤ ਜ਼ਿਆਦਾ ਗੰਭੀਰ ਹੋ ਗਏ, ਲੋਕਾਂ 'ਚ ਜ਼ਿਆਦਾ ਅਫਰਾ ਤਫਰੀ ਫੈਲ ਗਈ, ਅਤੇ ਕਾਫੀ ਕਸ਼ਮਕਸ਼ਮ ਤੋਂ ਬਾਅਦ ਸ਼ਾਮ ਨੂੰ ਮੈਂ ਫੈਸਲਾ ਲਿਆ ਕਿ ਮੈਂ ਜਿੰਨੀਆਂ ਵੀ ਖੋਜ ਸੰਸਥਾਵਾਂ ਨੇ ਜਿਹੜੀਆਂ ਵੈਕਸੀਨ ਦੇ ਬਾਰੇ 'ਚ, ਉਹਨਾਂ ਨੂੰ ਮੈਂ ਆਪਣੇ ਆਪ ਨੂੰ ਪੇਸ਼ ਕਰਾਂ ਕਿ ਉਹ ਕਰੋਨਾ ਵਾਇਰਸ ਨਾਲ ਮੈਨੂੰ ਪਹਿਲਾਂ ਪ੍ਰਭਾਵਿਤ ਕਰਕੇ ਫਿਰ ਮੇਰੇ 'ਤੇ ਵੈਕਸੀਨੇਸ਼ਨ ਅਪਲਾਈ ਕਰਕੇ ਇਹ ਚੈੱਕ ਕਰਨ ਕਿ ਉਹ ਵੈਕਸੀਨੇਸ਼ਨ ਕੰਮ ਕਰਦੀ ਹੈ ਕਿ ਨਹੀਂ ਕਰਦੀ। ਅਗਰ ਉਹ ਵੈਕਸੀਨ ਕੰਮ ਕਰਦੀ ਹੈ, ਉਸ ਵੈਕਸੀਨ ਦੇ ਮਤਲਬ ਕਿ ਜੋ ਪ੍ਰਭਾਵ ਹੋਊਗਾ ਚੰਗਾ ਮਾੜਾ, ਉਹ ਮੈਂ ਚੱਲਣ ਲਈ ਤਿਆਰ ਹੈਗਾ। ਅਗਰ ਚੰਗਾ ਹੁੰਦਾ ਤਾਂ ਮੈਂ ਜਿਉਂਦਾ ਰਹਿਣ ਤੱਕ ਮਤਲਬ ਕਿ ਮਾਣ ਕਰਾਂਗਾ ਕਿ ਮੈਂ ਇੱਕ ਚੰਗੇ ਕੰਮ ਆਇਆ, ਮਨੁੱਖਤਾ ਦੇ ਭਲੇ ਲਈ ਕੰਮ ਕੀਤਾ। ਅਗਰ ਮੇਰੀ ਮੌਤ ਹੋ ਜਾਂਦੀ ਹੈ, ਉਹਦਾ ਵੀ ਮੈਨੂੰ ਦੁੱਖ ਨਹੀਂ ਹੋਊਗਾ। ਮੇਰੇ ਦੇਸ਼ ਵਾਸੀ, ਤੁਸੀਂ ਸਾਰੇ ਯਾਰ ਮਿੱਤਰ ਜਿੰਨੇ ਵੀ ਮੇਰੇ ਇੱਥੇ ਜਾਣ ਪਛਾਣ ਵਾਲੇ ਹੋ, ਸਾਰੇ ਮਾਣ ਕਰੋਗੇ ਕਿ ਹਾਂ ਰਜਿੰਦਰ ਨੇ ਇੱਕ ਚੰਗਾ ਕੰਮ ਕੀਤਾ। ਰਜਿੰਦਰ ਜੀ, ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ? ਐਗਰੀ ਹੈ ਸਾਰੇ ਪਰਿਵਾਰ? ਸਾਰੇ ਐਗਰੀ ਹੈ, ਮੇਰੀ ਵਾਈਫ ਦੇ 2 ਬੱਚੇ ਨੇ ਮੇਰੇ ਨਾਲ। ਉਹਨਾਂ ਨਾਲ ਗੱਲ ਹੋਈ ਹੈ? ਗੱਲ ਹੋਈ ਹੈ, ਉਹ ਐਗਰੀ ਨੇ। ਐਗਰੀ ਨੇ? ਹਾਂਜੀ। ਤੁਸੀਂ ਕਿਸੇ ਨਾਲ ਸੰਪਰਕ ਵੀ ਕੀਤਾ ਇਸ ਬਾਰੇ? ਇਸ ਬਾਰੇ ਮੈਂ ਸਿਰਫ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਿਹਾ। ਅੱਜ ਰਾਤ ਨੂੰ ਮੈਂ ਮੇਲਾਂ ਪਾਉਣੀਆਂ ਨੇ ਅਲੱਗ ਅਲੱਗ ਸੰਸਥਾਵਾਂ ਨੂੰ ਜਿਹੜੀਆਂ ਖੋਜ ਕਰਦੀਆਂ ਨੇ ਇਸ ਸੰਬੰਧੀ ਵੈਕਸੀਨ ਦੀ, ਅਤੇ ਉਹਨਾਂ ਨੂੰ ਮੇਲ ਪਾ ਕੇ ਮੈਂ ਕੰਟੈਕਟ ਕਰਾਂਗਾ ਕਿ ਮੈਨੂੰ ਜਦੋਂ ਕਹਿਣ ਜਿੱਥੇ ਕਹਿਣ ਮੈਂ ਉੱਥੇ ਪਹੁੰਚਾਂਗਾ। ਅਤੇ ਮੋਗਾ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਕਿਸੇ ਨਾਲ ਸੰਪਰਕ ਕੀਤਾ? ਨਹੀਂ, ਕਿਸੇ ਨਾਲ ਨਹੀਂ ਕੀਤਾ, ਕਿਉਂਕਿ ਪਹਿਲਾਂ ਮੈਂ ਉਹ ਸੰਬੰਧਿਤ ਸੰਸਥਾ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਫਿਰ ਮੈਂ DC ਸਾਹਿਬ ਨੂੰ ਮਿਲਾਂਗਾ, ਉਸ ਤੋਂ ਬਾਅਦ ਰਾਸ਼ਟਰਪਤੀ ਤੋਂ ਵੀ ਇਜਾਜ਼ਤ ਲੈਣੀ ਪਏਗੀ ਇਹਦੇ ਲਈ, ਉਹ ਸਾਰਾ ਪ੍ਰੋਸੈਸ ਅੱਗੇ ਹੈ। ਕਿਤੇ ਇਸ ਤਰ੍ਹਾਂ ਦਾ ਨਹੀਂ ਕਿ ਸੋਸ਼ਲ ਮੀਡੀਆ 'ਤੇ ਜਾਂ TV 'ਤੇ ਆਪਣਾ ਪਾਪੂਲਰ ਹੋਣ ਲਈ ਤੁਸੀਂ ਇਹ ਕੋਸ਼ਿਸ਼ ਕਰ ਰਹੇ ਹੋ? ਨਹੀਂ, ਬਿਲਕੁਲ ਨਹੀਂ, ਇਹ ਕੋਈ ਮੰਤਵ ਨਹੀਂ ਹੈ ਮੇਰਾ। ਇਹ ਤਾਂ ਗੱਲ ਸਾਹਮਣੇ ਆ ਜਾਏਗੀ ਜਦੋਂ ਮੈਨੂੰ ਕਿਸੇ ਸੰਸਥਾ ਨੇ ਬੁਲਾ ਲਿਆ, ਮੈਂ ਜਾਊਂਗਾ। ਜੇ ਮੈਂ ਪਾਪੂਲਰ ਹੋਣ ਲਈ ਇਹ ਕੰਮ ਕਰਾਂਗਾ ਤਾਂ ਉਸ ਤੋਂ ਬਾਅਦ ਤਾਂ ਨੇਚਰਲੀ ਆ ਕਿ ਜਦੋਂ ਮੈਨੂੰ ਕੋਈ ਸੰਸਥਾ ਬੁਲਾਊਗੀ ਮੈਂ ਭੱਜੂਗਾ ਉੱਥੇ, ਅਤੇ ਮੈਂ ਖੜ੍ਹਾ, ਤਿਆਰ ਹਾਂ ਪੂਰੀ ਤਰ੍ਹਾਂ ਨਾਲ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ, ਪੰਜਾਬੀ TV।